ਬੀਤੇ ਦਿਨੀ ਪੰਜਾਬ ਪੁਲਿਸ ਦੇ ਵਿੱਚ ਵੱਡੇ ਪੱਧਰ ਤੇ ਤਬਾਦਲੇ ਕੀਤੇ ਗਏ ਸਨ ਤੇ ਉਸ ਦੇ ਵਿੱਚ ਅੰਮ੍ਰਿਤਸਰ ਦਿਹਾਤੀ ਦਾ ਵੀ ਨਾਮ ਸੀ ਔਰ ਉਸ ਦੇ ਵਿੱਚ ਨਵੇਂ ਜਿਹੜੇ IPS ਅਫਸਰ ਤੈਨਾਤ ਕੀਤੇ ਗਏ ਨੇ ਸਰਦਾਰ ਚਰਨਜੀਤ ਸਿੰਘ ਸੋਹਲ ਅੱਜ ਉਹਨਾਂ ਨੇ ਆਪਣਾ ਅਹੁਦਾ ਸੰਭਾਲਿਆ ਹੈ ਤਾਂ ਗੱਲਬਾਤ ਕਰਾਂਗੇ ਸਰ ਲੰਬਾ ਸਮਾਂ ਪੰਜਾਬ 'ਚ ਰਹੇ ਹੋ ਕਾਫੀ ਜ਼ਿਆਦਾ ਚੈਲੇਂਜਸ ਤੁਸੀਂ ਦੇਖੇ ਨੇ ਬਾਰਡਰ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਵੱਡਾ ਚੈਲੇਂਜ ਹੈ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਪੁਲਿਸਿੰਗ ਨੂੰ ਦਰੁਸਤ ਕਰਨ ਦੀ ਗੱਲ ਸਰਕਾਰ ਔਰ ਪੰਜਾਬ ਪੁਲਿਸ ਵੱਲੋਂ ਵੀ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੱਥੇ ਆਏ ਅਤੇ ਕਵਰ ਕੀਤਾ ਜਿੱਥੋਂ ਤੱਕ ਅੰਮ੍ਰਿਤਸਰ ਦਿਹਾਤੀ ਦਾ ਸਵਾਲ ਹੈ ਇਹ ਬਾਰਡਰ ਡਿਸਟ੍ਰਿਕਟ ਜਿਹੜਾ ਹੈ ਬੜਾ ਹੀ ਚੈਲੇਂਜਿੰਗ ਡਿਸਟ੍ਰਿਕਟ ਹੈ ਕ੍ਰਾਈਮ ਹਰੇਕ ਤਰ੍ਹਾਂ ਦਾ ਇੱਥੇ ਮੌਜੂਦ ਹੈ ਇਸ ਤੋਂ ਇਲਾਵਾ ਬਾਰਡਰ ਡਿਸਟ੍ਰਿਕਟ ਹੋਣ ਕਰਕੇ ਡਰੋਨ ਸਾਈਟਿੰਗਸ ਜਿਹੜੀਆਂ ਹੈ ਡਰੱਗ ਦੀ ਜਿਹੜੀ ਹੈ ਸਮਗਲਿੰਗ ਹੈ ਅਤੇ ਵੈਪਨਸ ਇੱਥੇ ਇਹ ਕ੍ਰਾਈਮ ਪ੍ਰੈਵਲੈਂਟ ਨੇ ਇਸ ਤੋਂ ਇਲਾਵਾ ਗੈਂਗਸਟਰ ਅਤੇ ਐਂਟੀ ਟੈਰਰਿਜ਼ਮ ਫਰੰਟ 'ਤੇ ਵੀ ਜਿਹੜਾ ਹੈ ਸਰਕਾਰ ਨੂੰ ਅਤੇ ਪੁਲਿਸ ਨੂੰ ਚੁਣੌਤੀਆਂ ਨੇ ਅਤੇ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਸਰਕਾਰ ਦੀ ਬੜੀ ਕਲੀਅਰ ਕੱਟ ਪੋਲਿਸੀ ਹੈ ਕਿ ਲਾਅ ਐਂਡ ਆਰਡਰ ਨੂੰ ਪੂਰਾ ਰੱਖਿਆ ਜਾਏਗਾ ਬਣਾ ਕੇ ਰੱਖਿਆ ਜਾਏਗਾ ਇਸ ਤੋਂ ਇਲਾਵਾ ਜਿਹੜਾ ਹੈ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ ਦੇ ਖਿਲਾਫ਼ ਜਿਹੜੀ ਹੈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ ਜੀ ਅਗਰ ਦਿਹਾਤੀ ਖੇਤਰ ਦੀ ਗੱਲ ਕੀਤੀ ਜਾਵੇ ਕਿਉਂਕਿ ਸ਼ਹਿਰੀ ਦੀ ਪੁਲਿਸਿੰਗ ਅਲੱਗ ਤਰ੍ਹਾਂ ਦੀ ਹੁੰਦੀ ਦਿਹਾਤੀ ਦੀ ਪੁਲਿਸਿੰਗ ਕੁਝ ਅਲੱਗ ਤਰ੍ਹਾਂ ਦੀ ਹੁੰਦੀ ਹੈ ਅਤੇ ਇਸ ਨੂੰ ਕਿਵੇਂ ਕੋਈ ਸਪੈਸ਼ਲ ਪਲਾਨ ਤੁਹਾਡੇ ਵੱਲੋਂ ਬਣਾਇਆ ਜਾਏਗਾ ਜੀ ਅਸੀਂ ਇੱਕ ਡਿਸਟ੍ਰਿਕਟ ਸਿਕਿਉਰਿਟੀ ਪਲਾਨ ਜਿਹੜਾ ਹੈ ਫੋਰ ਲਾਅ ਐਂਡ ਆਰਡਰ ਅਤੇ ਸਿਕਿਉਰਿਟੀ ਪਰਪਸ ਜਿਹੜਾ ਹੈ ਉਹ ਬਣਿਆ ਹੁੰਦਾ ਹੈ ਅਸੀਂ ਉਹਨੂੰ ਰਿਵਿਊ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਬਾਰਡਰ ਡਿਸਟ੍ਰਿਕਟ ਹੋਣ ਕਰਕੇ ਫਸਟ ਲਾਈਨ ਆਫ ਡਿਫੈਂਸ ਜਿਹੜਾ ਹੈ PSF ਅਤੇ ਸੈਕਿੰਡ ਲਾਈਨ ਆਫ ਡਿਫੈਂਸ ਦੇ ਨਾਕੇ ਜਿਹੜੇ ਹੈ ਉਹ ਪੰਜਾਬ ਪੁਲਿਸ ਲਾਉਂਦੀ ਹੈ ਇਸ ਤੋਂ ਇਲਾਵਾ ਸਾਡੀ ਜੁਆਇੰਟ ਪੈਟਰੋਲਿੰਗ ਜਿਹੜੀਆਂ ਹੈ ਉਹ ਜਿਹੜੀਆਂ ਹੈ ਚੱਲਦੀਆਂ ਨੇ ਇਸ ਤੋਂ ਇਲਾਵਾ ਜਿਹੜਾ ਰਿਕਵਰੀਜ਼ ਹੈ ਅਸੀਂ ਉਹਨਾਂ 'ਤੇ ਜਿਹੜਾ ਹੈ ਫੋਕਸ ਕਰ ਰਹੇ ਹਾਂ ਮਾੜੇ ਅਨਸਰਾਂ ਦੀ ਜਿਹੜੀ ਹੈ ਅਰੈਸਟ ਜਿਹੜੀ ਹੈ ਪੈਂਡਿੰਗ ਹੈ ਉਹਨਾਂ 'ਤੇ ਅਸੀਂ ਫੋਕਸ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਹੈ ਜੁਆਇੰਟ ਆਪਰੇਸ਼ਨਸ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਅਸੀਂ ਉਸ 'ਤੇ ਵੀ ਤਵੱਜੋ ਦੇ ਰਹੇ ਹਾਂ ਪ੍ਰੋਕਲੇਮਡ ਅਫੈਂਡਰਸ ਬਹੁਤ ਜ਼ਿਆਦਾ ਲਿਸਟ ਵਧੀ ਹੈ ਪਿਛਲੇ ਕੁਝ ਸਮੇਂ ਜੀ ਪ੍ਰੋਕਲੇਮਡ ਅਫੈਂਡਰਸ ਦੀ ਜਿਹੜੀ ਲਿਸਟ ਹੈ ਅਸੀਂ ਉਹਨੂੰ ਰਿਵਿਊ ਕਰ ਰਹੇ ਹਾਂ ਉਹਦੇ ਵਿੱਚ ਕਾਫੀ ਕੁਝ ਤਬਦੀਲੀਆਂ ਕਰਨ ਦੀ ਲੋੜ ਹੈ ਜਿਵੇਂ ਕਈ ਤਾਂ ਇੱਦਾਂ ਦੇ ਨੇ ਜਿਹੜੇ ਆਲਰੇਡੀ ਡੈੱਡ ਨੇ ਜਿਹੜੇ ਲਿਸਟ 'ਚ ਫਿਗਰ ਕਰ ਰਹੇ ਨੇ ਅਸੀਂ ਉਹਨਾਂ ਨੂੰ ਰਿਵਿਊ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੇ ਹੈ ਅਸੀਂ ਉਹਨਾਂ ਦੀ ਜਿਹੜੀ ਧਰਪਕੜ ਹੈ ਅਰੈਸਟ ਹੈ ਜਿਹੜੀ ਹੈ ਉਹ ਇਫੈਕਟ ਕਰਾਵਾਂਗੇ ਅਤੇ ਇਸ ਲਈ ਜਿਹੜੀ ਹੈ ਅਸੀਂ ਪਲਾਨ ਕਰ ਰਹੇ ਹਾਂ ਇੱਕ ਅਗਰ ਰੂਰਲ ਬੈਲਟ ਦੀ ਗੱਲ ਕੀਤੀ ਜਾਵੇ ਅਜਨਾਲਾ ਰਮਦਾਸ ਦੇ ਖੇਤਰ ਜਿਹੜਾ ਬਿਲਕੁਲ ਬਾਰਡਰ ਲਾਈਨ 'ਤੇ ਅਕਸਰ ਕਈ ਵੀ ਪਿੱਛੇ ਵੀ ਬਹੁਤ ਤਰ੍ਹਾਂ ਦੇ ਸੀਜ਼ਰ ਕੀਤੇ ਗਏ ਪੰਜਾਬ ਪੁਲਿਸ ਵੱਲੋਂ ਜਿੱਥੋਂ ਗੱਲ ਸਾਹਮਣੀ ਹੈ ਕਿ ਕੰਟੀਲੀ ਤਾਰਾਂ ਦੇ ਨਾਲ ਜਿਹੜੇ ਲੋਕ ਰਹਿੰਦੇ ਨੇ ਉਹ ਇਸ ਤਰ੍ਹਾਂ ਦੇ ਧੰਦੇ 'ਚ ਲਿਪਤ ਹੋ ਜਾਂਦੇ ਨੇ ਉਹਨਾਂ ਵਾਸਤੇ ਕੋਈ ਸਪੈਸ਼ਲ ਤਿਆਰੀ ਦੇਖੋ ਜੀ ਗੱਲ ਇਹ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਇਸ ਐਕਟੀਵਿਟੀ ਦੇ ਵਿੱਚ ਇਨਵੋਲਵ ਨੇ ਅਸੀਂ ਉਹਨਾਂ ਨੂੰ ਅਵੇਅਰ ਵੀ ਕਰ ਰਹੇ ਹਾਂ ਇਹਦੇ ਜਿਹੜੇ ਰੈਪਰਕਸ਼ਨਸ ਨੇ ਉਹ ਵੀ ਉਹਨਾਂ ਨੂੰ ਦੱਸ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਉਹਨਾਂ ਨੂੰ ਇਹ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਜਿਹੜੇ ਸਿਰਫ ਇਸ ਕੰਮ ਨੂੰ ਛੱਡ ਨਹੀਂ ਸਕਦੇ ਅਤੇ ਸਮਾਜ ਵਿਰੋਧੀ ਇਹਨਾਂ ਕੰਮਾਂ ਦੇ ਵਿੱਚ ਇਨਵੋਲਵ ਨੇ ਅਸੀਂ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਨਸ਼ਾ ਬਹੁਤ ਵੱਡੀ ਸਮੱਸਿਆ ਇਸ ਇਲਾਕੇ ਦੀ ਪਰਟੀਕੁਲਰ ਗੱਲ ਕੀਤੀ ਜਾਵੇ ਬਾਰਡਰ ਬੈਲਟ ਦੀ ਇੱਕ ਵੱਡਾ ਚੈਲੇਂਜ ਵੀ ਹੈ ਪੁਲਿਸ ਵਾਸਤੇ ਜੀ ਇਸ 'ਚ ਕੰਮ ਬੜਾ ਵਧੀਆ ਹੋ ਰਿਹਾ ਹੈ DI ਸਾਹਿਬ ਦੇ ਰਹਿਨੁਮਾਈ ਦੇ ਵਿੱਚ ਅਸੀਂ ਜਿਹੜਾ ਹੈ ਡਰੱਗ ਮੈਨੇਜ ਦੀ ਜਿਹੜੀ ਪ੍ਰੋਬਲਮ ਹੈ ਇਹਨੂੰ ਕੰਟੇਨ ਕਰਨ ਵਾਸਤੇ ਆਪਣਾ ਇੱਕ ਪਲਾਨ ਬਣਾਇਆ ਹੋਇਆ ਪ੍ਰੀਵੈਂਸ਼ਨ ਇਨਫੋਰਸਮੈਂਟ ਅਤੇ ਡਿਟੈਕਸ਼ਨ ਇਹਦੇ ਜਿਹੜੇ ਤਿੰਨ ਪਾਰਟ ਹੈ ਅਸੀਂ ਉਹਨੂੰ ਜਿਹੜਾ ਹੈ ਸਟੇਜ ਵਾਈਜ਼ ਜਿਹੜਾ ਹੈ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਬਲਿਕ ਦਾ ਸਹਿਯੋਗ ਬਹੁਤ ਲੋੜੀਂਦਾ ਹੁੰਦਾ ਹੈ ਮੈਂ ਆਪਣੇ ਵੱਲੋਂ ਵੀ ਅਪੀਲ ਕਰਦਾ ਪਬਲਿਕ ਨੂੰ ਕਿ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ
ਉਹ ਸਾਡੇ ਨਾਲ ਸਾਂਝੀ ਕੀਤੀ ਜਾਵੇ। ਨੰਬਰ ਅਸੀਂ ਸਾਰੇ ਜਿਹੜੇ ਹੈ ਪਬਲਿਕ ਨੂੰ ਦੇ ਦਿੱਤੇ ਹਾਂ ਅਤੇ ਉਹਨਾਂ ਦੀ ਜਿਹੜੀ ਅਨੋਨਮਿਟੀ ਜਿਹੜੀ ਹੈ ਅਸੀਂ ਰੱਖਾਂਗੇ, ਅਤੇ ਇਸ ਤੋਂ ਇਲਾਵਾ ਜਿੰਨਾ ਪਬਲਿਕ ਸਾਡੇ ਨਾਲ ਸਹਿਯੋਗ ਕਰ ਸਕਦੀ ਹੈ ਉਹ ਕਰੇ, ਅਤੇ ਇਹ ਸਾਡਾ ਕੋਮਨ ਕੌਜ਼ ਹੈ ਜਿਹਦੇ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਵੀ ਹੈ। ਸਰ, ਚੌਂਕੀ ਪੱਧਰ ਦੇ ਉੱਤੇ ਕਿਤੇ ਨਾ ਕਿਤੇ ਕਮੀ ਆ ਜਾਂਦੀ, ਕਈ ਵਾਰ ਅਸੀਂ ਲੋਕ ਸਾਨੂੰ ਸ਼ਿਕਾਇਤ ਕਰਦੇ ਨੇ ਕਿ ਸਰ ਅਸੀਂ ਬੰਦਾ ਫੜਾਉਂਦੇ ਹਾਂ ਪੁਲਿਸ ਛੱਡ ਦਿੰਦੀ ਹੈ, ਇਸ ਤਰ੍ਹਾਂ ਦੀ ਨੋਰਮਲ ਸ਼ਿਕਾਇਤਾਂ ਆ ਜਾਂਦੀਆਂ ਕਿਉਂਕਿ ਇਨਵੈਸਟੀਗੇਟ ਕਰਨਾ ਤੁਹਾਡਾ ਕੰਮ ਹੈ, ਪਰ ਲੋਕ ਇਸ ਤਰ੍ਹਾਂ ਦੀ ਸ਼ਿਕਾਇਤ ਕਰਦੇ ਨੇ? ਦੇਖੋ ਜੀ, ਕਈ ਵਾਰ ਇਹ ਪਰਸੈਪਸ਼ਨ ਹੁੰਦੀ ਹੈ ਕਿਉਂਕਿ ਪੁਲਿਸ ਜਿਹੜੀ ਹੈ ਉਹ ਐਵੀਡੈਂਸ ਬੇਸਡ ਪੁਲਿਸਿੰਗ ਹੀ ਕਰਦੀ ਹੈ। ਇਸ ਤੋਂ ਇਲਾਵਾ ਜਿਹੜੀ ਆਪਾਂ ਇਹ ਗੱਲ ਕਰਦੇ ਹਾਂ ਕਿ ਬੰਦਾ ਫੜਿਆ ਗਿਆ ਅਤੇ ਕੋਈ ਰਿਕਵਰੀ ਹੋਈ ਹੈ ਅਤੇ ਪੁਲਿਸ ਵੱਲੋਂ ਛੱਡਿਆ ਗਿਆ, ਇੱਦਾਂ ਦੇ ਚਾਂਸਿਸ ਬਹੁਤ ਘੱਟ ਹੁੰਦੇ ਆ। ਪਰ ਜੇ ਵੀ ਜੇ ਕਿਤੇ ਵੀ ਇੱਦਾਂ ਦੀ ਕੋਈ ਅਣਗਹਿਲੀ ਹੁੰਦੀ ਹੈ ਪੁਲਿਸ ਮੁਲਾਜ਼ਮ ਵੱਲੋਂ ਹੁੰਦੀ ਹੈ, ਸਾਡੇ ਵੱਲੋਂ ਇਨਸ਼ੋਰ ਕੀਤਾ ਜਾਵੇਗਾ ਕਿ ਇਸ ਤਰ੍ਹਾਂ ਦੀ ਕੋਈ ਕੋਤਾਹੀ ਨਾ ਹੋਵੇ, ਅਤੇ ਜਿਹੜੇ ਵੀ ਡਿਫਾਲਟਰ ਪੁਲਿਸ ਵਾਲੇ ਨੇ ਚਾਹੇ ਪਬਲਿਕ ਦੇ ਨੇ ਜੋ ਵੀ ਹੈ, ਅਸੀਂ ਉਹਨਾਂ 'ਤੇ ਸਖਤ ਕਾਰਵਾਈ ਕਰੀਏ। ਆਖਰੀ ਸਵਾਲ, ਨਾਈਟ ਜਿਹੜੀ ਹੈ ਰਾਤ ਨੂੰ ਅਕਸਰ ਪਿੰਡਾਂ ਦੇ ਖੇਤਰਾਂ 'ਚ ਬਹੁਤ ਸਾਰੀਆਂ ਲੁੱਟ ਦੀਆਂ ਵਾਰਦਾਤਾਂ ਵੀ ਹੁੰਦੀਆਂ ਨੇ, ਉਹਨੂੰ ਕਿਵੇਂ ਦੇਖਦੇ? ਜੀ, ਨਾਈਟ ਪੈਟਰੋਲਿੰਗ ਜਿਹੜਾ ਸਾਡਾ ਪ੍ਰੋਗਰਾਮ ਹੈ ਅਸੀਂ ਉਹਨੂੰ ਮੁੜ ਸੁਰਜੀਤ ਕਰ ਰਹੇ ਹਾਂ, ਉਹਨੂੰ ਇਫੈਕਟਿਵ ਬਣਾਉਣ ਵਾਸਤੇ ਉਹਨੂੰ ਰਿਵਿਊ ਹੀ ਕਰ ਰਹੇ ਹਾਂ। ਸਟਰੈਂਥਨਿੰਗ ਆਫ ਫੋਰਸ ਜਿਹੜੀ ਹੈਗੀ ਹੈ ਜਿਹਨਾਂ ਰੂਟਸ 'ਤੇ ਜਿਹੜੇ ਵਲਨਰੇਬਲ ਰੂਟਸ ਨੇ ਅਸੀਂ ਉਹਨਾਂ ਨੂੰ ਜਿਹੜਾ ਸਿਕਿਉਰ ਕਰਨ ਵਾਸਤੇ ਜੇ ਉੱਥੇ ਫੋਰਸ ਦੇਣੀ ਹੈ, ਵਾਧੂ ਫੋਰਸ ਦੇਣੀ ਹੈ, ਅਸੀਂ ਉਹਦਾ ਵੀ ਇੰਤਜ਼ਾਮ ਪੂਰਾ ਕਰ ਰਹੇ ਹਾਂ। ਸੋ ਇਹ ਜਿਹੜਾ ਨਾਈਟ ਡੋਮੀਨੇਸ਼ਨ ਅਤੇ ਪੈਟਰੋਲਿੰਗ ਵਾਲਾ ਪਲਾਨ ਹੈ ਸਾਡਾ, ਇਹ ਥੋੜ੍ਹੇ ਦਿਨਾਂ 'ਚ ਤੁਸੀਂ ਦੇਖੋਗੇ ਇਨ ਪਲੇਸ ਹੋ ਜਾਏਗਾ, ਐਕਟਿਵ ਹੋਏਗੀ ਪੂਰੀ ਪੁਲਿਸ। ਮੈਂ ਇਹ ਸਮਝਦਾ ਕਿ ਪਹਿਲਾਂ ਹੀ ਐਕਟਿਵ ਹੈ, ਅਸੀਂ ਹੋਰ ਥੋੜ੍ਹਾ ਐਨਰਜੀ ਦੇ ਨਾਲ ਜਿਹੜਾ ਹੈ ਅਸੀਂ ਹੋਰ ਵਧੀਆ ਕੰਮ ਕਰਾਂਗੇ। ਮੇਨ ਪੇਂਡੂ ਖੇਤਰਾਂ ਵਾਸਤੇ ਕੋਈ ਸਪੈਸ਼ਲ ਲੋਕਾਂ ਨੂੰ ਸੁਣਿਆ? ਬਸ ਸਾਡੇ ਨਾਲ ਜੁੜੋ ਜੀ, ਇਹ ਜਿਹੜਾ ਡਰੱਗ ਦਾ ਜਿਹੜਾ ਕੋਈ ਡਰੱਗ ਮੈਨੇਜ ਹੈ ਜਾਂ ਕੋਈ ਹੋਰ ਸੋਸ਼ਲ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ ਨੂੰ ਹਰਾਉਣ ਵਾਸਤੇ ਸਾਨੂੰ ਤੁਹਾਡੀ ਲੋੜ ਹੈ, ਅਤੇ ਅਸੀਂ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੋ, ਅਸੀਂ ਵੀ ਪੂਰਾ ਲੋਕਾਂ ਦੀ ਜਿਹੜੀ ਹੈ ਸਿਕਿਉਰਿਟੀ ਅਤੇ ਸੇਫਟੀ ਲਈ ਪੂਰਾ ਐਫਰਟਸ ਕਰਾਂਗੇ। ਸ਼ੁਕਰੀਆ। ਤਾਂ ਇਹ ਸਨ ਨਵੇਂ SSP ਅੰਮ੍ਰਿਤਸਰ ਦਿਹਾਤੀ ਜੋ ਕਿ ਤੈਨਾਤ ਹੋਏ ਨੇ, ਤਾਂ ਉਹਨਾਂ ਵੱਲੋਂ ਸਾਫ਼ ਤੌਰ 'ਤੇ ਦੋ ਟੁੱਕਿਆ ਗਿਆ ਹੈ ਕਿ ਜਿਹੜੇ ਵੀ ਗਲਤ ਕੰਮ ਕਰਦੇ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ, ਇਹਦੇ ਨਾਲ ਨਾਲ ਨਾਈਟ ਪੁਲਿਸਿੰਗ ਜਿਹੜੀ ਹੈ ਉਸਨੂੰ ਸ਼ੁਰੂ ਕੀਤਾ ਜਾਏਗਾ, ਅਤੇ ਨਾਲ ਨਾਲ ਜਿਹੜੇ ਨਾਕੇ ਨੇ ਉਹਨਾਂ ਨੂੰ ਵਧਾਇਆ ਜਾਏਗਾ। ਖਾਸ ਕਰਕੇ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਹੈ ਉਸਨੂੰ ਜੰਗੀ ਪੱਧਰ ਦੇ ਉੱਤੇ ਹੱਲ ਕਰਨ ਦੀ ਕੰਮ ਕੀਤੀ ਜਾਏਗੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਖਤੀ ਜਿਹੜੀ ਹੈ ਦਿਹਾਤੀ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।